ਸਤਿ ਸ਼੍ਰੀ ਅਕਾਲ ਦੋਸਤੋ, ਮੁੱਖ ਮੰਤਰੀ ਇੱਕ ਅਜਿਹਾ ਇਨਸਾਨ ਜਿਸ ਨੇ ਆਪਣੀ ਫਨੀ ਵੀਡੀਓਜ਼ ਤੇ ਆਪਣੇ ਡਿਫਰੈਂਟ ਸਟਾਈਲ ਦੇ ਰੈਪਸ ਤੇ ਕਰਕੇ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਹਾਲ ਹੀ ਦੇ ਵਿੱਚ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ਦੇ ਵਿੱਚ ਮੁੱਖ ਮੰਤਰੀ ਨੇ ਦੱਸਿਆ ਸੀ ਕਿ ਉਹ ਵੋਟਾਂ ਨੂੰ ਲੈ ਕੇ ਇੱਕ ਨਵਾਂ ਗਾਣਾ ਲੈ ਕੇ ਆ ਰਹੇ ਨੇ ਤੇ ਅੱਜ ਮੁੱਖ ਮੰਤਰੀ ਨੇ ਆਪਣੇ ਇਸ ਨਵੇਂ ਗਾਣੇ ਦੀ ਇੱਕ ਹੋਰ ਅਪਡੇਟ ਸ਼ੇਅਰ ਕਰ ਦਿੱਤੀ ਹੈ। ਇਸ ਅਪਡੇਟ ਦੇ ਵਿੱਚ ਮੁੱਖ ਮੰਤਰੀ ਨੇ ਸ਼ੇਅਰ ਕੀਤਾ ਇਸ ਗਾਣੇ ਦੇ ਪੋਸਟਰ ਨੂੰ। ਮੁੱਖ ਮੰਤਰੀ ਦੇ ਇਸ ਨਵੇਂ ਆਉਣ ਵਾਲੇ ਗਾਣੇ ਦਾ ਨਾਮ ਹੈ ਵੋਟਾਂ। ਇਸ ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਮੁੱਖ ਮੰਤਰੀ ਲਿਖਦੇ ਹੈ, ਲਓ ਜੀ ਸਾਰੇ ਸੰਸਾਰ ਲਈ ਬਿਗ ਸਰਪ੍ਰਾਈਜ਼, ਵੋਟਾਂ ਤੇ ਰੈਲੀਆਂ ਤੇ ਵੱਜਣ ਵਾਲਾ ਗਾਣਾ, ਕੱਲ ਨੂੰ ਫੁੱਲ ਗਾਣਾ ਸਵੇਰੇ 10 AM। ਦੱਸ ਦਈਏ ਤੁਹਾਨੂੰ ਕਿ ਮੁੱਖ ਮੰਤਰੀ ਦੇ ਇਸ ਵੋਟਾਂ ਵਾਲੇ ਗਾਣੇ ਨੂੰ ਗਾਇਆ ਹੈ ਜੰਗ ਸੰਧੂ ਨੇ, ਜਿਸ ਦੇ ਵਿੱਚ ਮੁੱਖ ਮੰਤਰੀ ਦਾ ਹੋਏਗਾ ਰੈਪ ਤੇ ਕੱਲ ਸਵੇਰੇ 10 ਵਜੇ ਇਸ ਗਾਣੇ ਨੂੰ ਰਿਲੀਜ਼ ਕਰ ਦਿੱਤਾ ਜਾਏਗਾ। ਸੋ ਕਿੰਨੀ ਗੁੜੀ ਕਿ ਤੁਹਾਨੂੰ ਮੁੱਖ ਮੰਤਰੀ ਦੇ ਇਸ ਵੋਟਾਂ ਵਾਲੇ ਗਾਣੇ ਦੀ, ਜਿਸ ਦਾ ਨਾਮ ਹੈ ਵੋਟਾਂ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ TV ਦੇ ਨਾਲ। ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰ ਟਾਕਸ।